ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਖਬਰਾਂ ਲੈ ਕੇ ਹਰ ਰੋਜ਼ ਦੀ ਤਰ੍ਹਾਂ ਅਸੀਂ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ। ਗੱਲਬਾਤ ਕਰਾਂਗੇ ਸੀਨੀਅਰ ਪਰਮ ਸਿੰਘ ਟੈਣਾ ਜੀ ਦੇ ਨਾਲ। ਇਹ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਸਾਡਾ ਸਹਿਯੋਗ ਕੀਤਾ ਹੈ ਇੰਡੋ ਸਪਾਈਸ ਵਰਲਡ ਮਨੀਗ੍ਰਾਮ ਨੇ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਦੇਣਗੇ। ਸਤਿ ਸ੍ਰੀ ਅਕਾਲ ਜੀ। ਫੇਸਬੁੱਕ ਦੇ ਮਾਧਿਅਮ ਦੇ ਰਾਹੀਂ, ਰੇਡੀਓ ਦੇ ਮਾਧਿਅਮ ਦੇ ਰਾਹੀਂ ਵੱਖ ਵੱਖ ਸ਼ਹਿਰਾਂ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ ਇਹ ਸਾਰੀਆਂ ਖਬਰਾਂ ਸੁਣ ਰਹੇ ਆ, ਵੱਖ ਵੱਖ ਪ੍ਰੋਗਰਾਮਾਂ ਨੂੰ ਮਾਣਦੇ ਆ, ਉਹਨਾਂ ਸਾਰਿਆਂ ਨੂੰ ਹੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਮੁਬਾਰਕਾਂ, ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸਲ ਦੇ ਵਿੱਚ ਜਿਹੜਾ ਦੀਵਿਆਂ ਦਾ ਤਿਉਹਾਰ ਆ ਦੀਵਾਲੀ, ਇਹ ਸਾਨੂੰ ਮਨਾ ਅੰਦਰਲਾ ਜਿਹੜਾ ਉਹ ਹਨੇਰਾ ਉਹ ਵੀ ਦੂਰ ਕਰਨ ਦੇ ਲਈ ਪ੍ਰੇਰਿਤ ਕਰਦਾ, ਤੇ ਜਿਹੜਾ ਵੈਸੇ ਬਨੇਰਿਆਂ ਦੇ ਉੱਤੇ ਅਸੀਂ ਦੀਵੇ ਜਗਾ ਕੇ ਤੇ ਕਾਲੀ ਰਾਤ ਆ ਜਿਹੜੀ ਉਹਨੂੰ ਚੀਰਦੇ ਹਾਂ, ਇਹ ਜਿਹੜਾ ਸੁਰਖ ਸਵੇਰੇ ਦੇ ਰੂਪ ਦੇ ਵਿੱਚ ਬਦਲਦੇ ਹਾਂ ਆਪਾਂ ਉਸ ਚਾਨਣ ਦੇ ਨਾਲ, ਇਹ ਉਹਦਾ ਪ੍ਰਤੀਕ ਆ। ਸੋ ਖੁਸ਼ੀਆਂ ਖੇੜੇ ਬਰਕਰਾਰ ਰਹਿਣ, ਬਹੁਤ ਖੁਸ਼ੀਆਂ ਹਰ ਇੱਕ ਦੇ ਘਰ ਦੇ ਵਿੱਚ ਵਾਸ ਕਰਨ, ਦੁੱਖ ਦਲਿੱਦਰ ਦਾ ਨਾਸ਼ ਹੋਵੇ ਤੇ ਹਰ ਕੋਈ ਜਿਹੜਾ ਬੰਦਾ ਉਹ ਖੁਸ਼ੀਆਂ ਖੁਸ਼ੀਆਂ ਦੇ ਨਾਲ ਅੱਗੇ ਤੋਂ ਅੱਗੇ ਵਧੇ। ਸੋ ਸਾਰੀ ਜਿਹੜੀ ਮੈਨੇਜਮੈਂਟ ਆ ਸਾਡੇ ਵਾਲਾ ਰੇਡੀਓ ਦੀ ਤੇ ਉਹਦੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਮੂਹ ਪਰਿਵਾਰਕ ਮੈਂਬਰਾਂ ਨੂੰ ਜੀ। ਤੇ ਸਰ, ਦੀਵਾਲੀ ਦੇ ਮੌਕੇ ਦੇ ਉੱਪਰ ਜੀ ਭਾਰਤ ਦੇ ਵਿੱਚ, ਖਾਸ ਤੌਰ ਤੇ ਪੰਜਾਬ ਦੀ ਜੇ ਮੈਂ ਗੱਲ ਕਰਾਂ, ਪੰਜਾਬ ਕਿਹੋ ਜਿਹਾ ਮਾਹੌਲ ਹੈ? ਮਹਿੰਗਾਈ ਨੇ ਕਾਫੀ ਜ਼ਿਆਦਾ ਇਸ ਤਿਉਹਾਰ ਦੇ ਉੱਪਰ ਵੀ ਅਸਰ ਪਾਇਆ। ਦੇਖੋ, ਗੱਲ ਇਹ ਜੀ ਕਿ ਹਰ ਤਿਉਹਾਰ ਆ ਜਿਹੜਾ ਉਹ ਬਾਜ਼ਾਰਵਾਦ ਦੇ ਨਾਲ ਜੁੜ ਗਿਆ। ਜਦੋਂ ਕੋਈ ਚੀਜ਼ ਬਾਜ਼ਾਰ ਨਾਲ ਜੁੜ ਗਈ ਤਾਂ ਫਿਰ ਬਾਜ਼ਾਰ ਦੇ ਉਤਰਾਅ ਚੜਾਅ ਦੇ ਨਾਲ ਸੰਬੰਧਿਤ ਖੁਸ਼ੀਆਂ ਖੇੜੇ ਗਮੀਆਂ ਮਿੱਠੇ ਸਲੂਣੇ ਤਜਰਬੇ ਹੁੰਦੇ ਆ। ਸੋ ਭਾਵੇਂ ਲੋਹੜੀ ਦੀ ਗੱਲ ਕਰ ਲਓ, ਦੀਵਾਲੀ ਦੀ ਕਰ ਲਓ, ਵਿਸਾਖੀ ਦੀ ਕਰ ਲਓ, ਹੋਲੀ ਦੀ ਕਰ ਲਓ, ਹੋਰ ਦਿਹਾੜਿਆਂ ਦੀ ਗੱਲ ਕਰ ਲਓ, ਉਹ ਹਰ ਕੁਝ ਅੱਜ ਕੱਲ੍ਹ ਬਾਜ਼ਾਰ ਦੇ ਨਾਲ ਜੁੜ ਗਿਆ। ਸੋ ਦੀਵਾਲੀ ਆ ਜਿਹੜਾ, ਇਹਦੇ ਵਿੱਚ ਆਪਾਂ ਜਾਣਦੇ ਹਾਂ ਕਿ ਬੜੀਆਂ ਖੁਸ਼ੀਆਂ ਖੇੜੇ ਹੁੰਦੇ ਰਹੇ ਆ। ਨਿਆਣਮੱਤੀ ਉਮਰ ਦੇ ਵਿੱਚ ਹੋਰ ਚਾਅ ਹੁੰਦੇ ਆ, ਜਵਾਨ ਉਮਰੇ ਹੋਰ ਹੁੰਦੇ ਆ, ਅਧਖੜ ਉਮਰੇ ਹੋਰ ਹੁੰਦੇ ਆ। ਸੋ ਗੱਲ ਇਹ ਜੀ ਕਿ ਮੈਂ ਜੋ ਮਹਿਸੂਸ ਕਰਦਾ ਪਿਛਲੇ ਕੁਝ ਕੁ ਸਾਲਾਂ ਤੋਂ, ਵੀ ਦੀਵਾਲੀ ਆ ਜਿਹੜੀ ਉਹਦੇ ਵਿੱਚ ਹੁਣ ਨਾ ਪਹਿਲਾਂ ਵਰਗਾ ਚਾਅ ਨਹੀਂ ਰਿਹਾ। ਉਹਦਾ ਕਾਰਨ ਇਹ ਆ ਕਿ ਮਨੋਰੰਜਨ ਦੇ ਸਾਧਨ ਬਦਲ ਗਏ ਆ, ਮਹਿੰਗਾਈ ਬਹੁਤ ਹੋ ਗਈ ਆ, ਹਰ ਚੀਜ਼ ਦੀ ਕੀਮਤ ਦੁੱਗਣੀ ਤਿੱਗਣੀ ਚੌਗਣੀ ਹੋ ਗਈ ਆ, ਜਿਹਦੇ ਕਰਕੇ ਜਿਹੜਾ ਉਹ ਪਟਾਕੇ ਤਾਂ ਚਲੋ ਚਲਾਉਣੇ ਵੀ ਨਹੀਂ ਚਾਹੀਦੇ, ਪਰ ਇਹ ਵਾਰ ਵਾਰ ਕਹਿਣ ਦੇ ਕਰਕੇ ਵੀ ਲੋਕਾਂ ਨੂੰ ਸੋਝੀ ਆ ਰਹੀ ਆ ਕਿ ਅਸੀਂ ਯਾਰ ਘੱਟ ਪ੍ਰਦੂਸ਼ਣ ਫੈਲਾਈਏ। ਸੋ ਜਿਹੜੇ ਦੀਵਿਆਂ ਦਾ ਤਿਉਹਾਰ, ਅਸਲ ਦੇ ਵਿੱਚ ਦੀਵਿਆਂ ਦੀ ਥਾਂ ਦੇ ਉੱਤੇ ਮੋਮਬੱਤੀਆਂ ਆ ਗਈਆਂ, ਉਹ ਚਾਈਨੀਜ਼ ਲੜੀਆਂ ਆ ਗਈਆਂ। ਸੋ ਬਹੁਤ ਕੁਝ ਬਦਲ ਗਿਆ। ਸੋ ਬਾਜ਼ਾਰ ਦੇ ਵਿੱਚ ਮੈਂ ਕੱਲ੍ਹ ਜਾ ਕੇ ਨਾ ਬਹੁਤ ਸਾਰੇ ਦੁਕਾਨਦਾਰਾਂ ਨੂੰ ਪੁੱਛਿਆ, ਜਿਹੜੇ ਉੱਥੇ ਦੀਵੇ ਵੇਚਣ ਵਾਲੇ ਆ, ਉਹ ਵੀ ਇਹ ਗੱਲ ਕਹਿੰਦੇ ਜੀ ਕਿ ਯਾਰ ਪਹਿਲਾਂ ਵਾਲੀ ਗੱਲ ਨਹੀਂ ਰਹੀ। ਜੇ ਆਪਾਂ ਕਿਸੇ ਨੂੰ ਪੁੱਛਦੇ ਲੜੀਆਂ ਵਾਲਿਆਂ ਨੂੰ, ਉਹ ਕਹਿੰਦੇ ਯਾਰ ਪਹਿਲਾਂ ਵਾਲੀ ਗੱਲ ਨਹੀਂ ਰਹੀ। ਕਿਸੇ ਮਠਿਆਈ ਵਾਲੇ ਨੂੰ ਪੁੱਛ ਗਏ, ਕਹਿੰਦੇ ਜੀ ਪਹਿਲਾਂ ਵਾਲੀ ਗੱਲ ਨਹੀਂ ਰਹੀ। ਕਿਸੇ ਜਿਹੜੇ ਪੁੱਛਦੇ ਆ ਜਾਂ ਕਿ ਫਲਾਂ ਵਾਲੇ ਨੂੰ, ਕਹਿੰਦਾ ਪਹਿਲਾਂ ਵਾਲੀ ਗੱਲ ਨਹੀਂ ਰਹੀ। ਯਾਨੀ ਕਿ ਬਾਜ਼ਾਰਵਾਦ ਨੂੰ ਮਹਿੰਗਾਈ ਨੇ ਝੰਬਿਆ, GST ਦੀ ਵਾਧੀ ਮਾਰ ਨੇ ਝੰਬਿਆ, ਨੋਟਬੰਦੀ ਤੋਂ ਬਾਅਦ, ਕੋਰੋਨਾ ਮਹਾਂਮਾਰੀ ਤੋਂ ਬਾਅਦ ਬਾਜ਼ਾਰ ਝੰਬਿਆ ਗਿਆ, ਕਿਉਂਕਿ ਹਰ ਚੀਜ਼ ਦਾ ਆਰਥਿਕਤਾ ਨਾਲ ਸੰਬੰਧ ਹੁੰਦਾ ਮਨੁੱਖ ਦੀ ਆਰਥਿਕਤਾ ਦੇ ਨਾਲ। ਪਰ ਫਿਰ ਵੀ ਚਲੋ, ਰੋਟੀ ਪਾਣੀ ਸਭ ਦਾ ਚੱਲਦਾ ਚੱਲਣਾ ਵੀ ਚਾਹੀਦਾ, ਪਰ ਜਿਹੜੀ ਚਹਿਲ ਪਹਿਲ ਕੁਝ ਮਹੀਨੇ ਜਿਹੜੇ ਸਾਲ ਪਹਿਲਾਂ ਤੱਕ ਦੇਖਣ ਨੂੰ ਮਿਲਦੀ ਸੀ ਦੀਵਾਲੀ ਦੇ ਮੌਕੇ, ਉਹ ਹੁਣ ਘਟੀ ਹੈ ਜੀ। ਜੀ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਖੈਰ, ਅੱਗੇ ਵੱਧਦੇ ਅਸੀਂ ਗੱਲ ਕਰਦੇ ਹਾਂ ਸਿੱਧੂ ਮੂਸੇਵਾਲਾ ਜੀ। ਕਹਿੰਦੇ ਕਿ ਸਿੱਧੂ ਮੂਸੇਵਾਲੇ ਦਾ ਪੂਰਾ ਪਿੰਡ ਦੀਵਾਲੀ ਦਾ ਤਿਉਹਾਰ ਨਹੀਂ ਮਨਾਊਗਾ। ਬਿਲਕੁਲ ਜੀ ਬਿਲਕੁਲ। ਦੇਖੋ, ਸਿੱਧੂ ਮੂਸੇਵਾਲਾ ਦਾ ਕਤਲ ਆ ਜਿਹੜਾ ਉਹ 29 ਮਈ ਨੂੰ ਹੋਇਆ ਸੀਗਾ। ਕਈ ਮਹੀਨੇ ਬੀਤ ਗਏ ਆ, ਪਰ ਪੰਜਾਬ ਦੇ ਜਿਹੜੇ ਲੋਕ ਤੇ ਸਿੱਧੂ ਮੂਸੇਵਾਲਾ ਦੇ ਮਾਂ ਬਾਪ ਇਹ ਗੱਲ ਵਾਰ ਵਾਰ ਕਹਿ ਰਹੇ ਜੀ ਕਿ ਸਾਨੂੰ ਇਨਸਾਫ਼ ਨਹੀਂ ਮਿਲਿਆ, ਪੰਜਾਬ ਦੀ ਸਰਕਾਰ ਤੇ ਪੰਜਾਬ ਦੀ ਪੁਲਿਸ ਤੋਂ ਸਾਨੂੰ ਕੋਈ ਆਸ ਨਹੀਂ ਸੀ ਤੇ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਸੋ ਕਹਿਣ ਦਾ ਭਾਵ ਇਹ ਜੀ ਕਿ ਹਾਲੇ ਤੱਕ ਮਾਪੇ ਨਿਰਾਸ਼ ਆ, ਤੇ ਇਸ ਕਰਕੇ ਐਤਕੀ ਜਿਹੜਾ ਸਿੱਧੂ ਮੂਸੇਵਾਲੇ ਦੇ ਪਿੰਡ, ਜਿਹੜਾ ਮੂਸਾ ਪਿੰਡ ਆ ਮਾਨਸਾ ਜ਼ਿਲ੍ਹੇ ਦੇ ਵਿੱਚ, ਤੇ ਉੱਥੇ ਦੀਵਾਲੀ ਦਾ ਤਿਉਹਾਰ ਨਹੀਂ ਮਨਾਇਆ ਜਾਣਾ ਅੱਜ, ਕਿਉਂਕਿ ਰਾਤ ਦੇ ਵੇਲੇ ਚਾਰੇ ਪਾਸੇ ਦੀਵੇ ਜਗੇ ਹੋਣੇ ਭਾਰਤ ਦੇ ਵਿੱਚ, ਪਰ ਮੂਸਾ ਪਿੰਡ ਦੇ ਵਸਨੀਕਾਂ ਨੇ ਦੀਵਾਲੀ ਨਹੀਂ ਮਨਾਉਣੀ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਵੀ ਇਹ ਹੋਕਾ ਦੇ ਦਿੱਤਾ ਗਿਆ ਕਿ ਪਿੰਡ ਦੇ ਵਿੱਚ ਬਹੁਤ ਵੱਡਾ ਕਹਿਰ ਵਾਪਰਿਆ, ਪੰਜਾਬ ਦੀ ਪੁਲਿਸ ਤੇ ਸਰਕਾਰ ਨੇ ਕੁਝ ਵੀ ਕੀਤਾ ਨਹੀਂ ਗਾ ਹੰਧਰੂ ਤੌਰ ਦੇ ਉੱਤੇ, ਇਸ ਕਰਕੇ ਪਿੰਡ ਦੇ ਵਿੱਚ ਕੋਈ ਵੀ ਦੀਵਾਲੀ ਨਹੀਂ ਮਨਾਊਗਾ, ਨਾ ਕੋਈ ਦੀਵੇ ਬਾਲੂਗਾ, ਨਾ ਲੜੀਆਂ ਬਾਲੂਗਾ, ਨਾ ਕੋਈ ਉੱਥੇ ਮਠਿਆਈ ਵੰਡੂਗਾ, ਨਾ ਕੋਈ ਉੱਥੇ ਵਧਾਈਆਂ ਦੇਊਗਾ। ਇਹ ਕਾਲੀ ਦੀਵਾਲੀ ਮਨਾਈ ਜਾਊਗੀ ਪਿੰਡ ਮੂਸਾ ਦੇ ਵਿੱਚ, ਵੀ ਭਾਈ ਇੱਕ ਰੋਸ ਦਾ ਪ੍ਰਤੀਕ ਆ ਇਹ, ਵੀ ਰੋਸ ਦਾ ਪ੍ਰਗਟਾਵੇ ਦੇ ਤੌਰ ਦੇ ਉੱਤੇ। ਫਿਰ ਇਹ ਵੀ ਗੱਲ ਕਹੀ ਗਈ ਆ ਸਿੱਧੂ ਮੂਸੇਵਾਲੇ ਦੇ ਚਾਚਾ ਜੀ ਵੱਲੋਂ ਕਿ ਜੇਕਰ ਸਰਕਾਰ ਨੇ ਸਾਨੂੰ ਇਨਸਾਫ਼ ਨਾ ਦਿੱਤਾ ਤਾਂ ਅਸੀਂ ਪੂਰੇ ਪੰਜਾਬ ਦੇ ਵਿੱਚ
कैंडल मार्च भी कढ़ांगे। सो मापिया के वालों गल कही जा रही है जी कि हाले तक सानू इंसाफ नहीं मिलिया। देखो फिर वह गल आ गई, किसी नू कोई चंगा लगे किसी नू कोई चंगा ना लगे, पर मनुख के तौर के उत्ते एक बंदे नू मार देना ते उहदे मापिया नू विलकड़े छड़ देना ते इह बहुत चुभण वाली गल आ। आपां समझ सकते हैं कि जेकर परिवार के विचों किसी जी का विछोड़ा पिया होवे तां ना दिवाली की खुशी हुंदी आ, ना नवें साल का पता लगता, ना लोहड़ी की खुशी हुंदी आ, ना कोई होर त्यौहार चंगा लगता। सो उहदे मां बाप जिन्हां दे कोले होर कोई औलाद है नहीं उहनां दे लई अज दी दिवाली किहो जी होगी इहदे बारे अंदाजा लाउणा औखा नहीं। जिन्हां दे घर दे विचों कोई हमेशा वास्ते तुर जांदा उही इस पीड़ नूं समझ सकदे आ जी। जी बिल्कुल सही कहा। खैर सियासत की गल करदे आं जी, हुण कहिंदे दिवाली दे त्यौहार तों बाद भगवंत मान हिमाचल दे विच प्रचार करनगे। देखो गल तां इह आ वी हिमाचल प्रदेश ते गुजरात दे विच चोणां जिहड़ियां उह सिर दे उत्ते आ। जो चोणा सिर के उत्ते है तो फिर राजनीतिक पार्टियां जिहड़ियां वह भी हुप के प्रचार करने लई नठ के प्रचार करने लई मैदान दे विच है। पर क्योंकि हुण आ जिहड़ी है दिवाली यह भी आ गई है, अज दिवाली है तो यह अज दिवाली का त्यौहार लंघा के तो भगवंत मान के वलों राघव चड्ढा के वलों केजरीवाल के वलों मनीष सिसोदिया के वलों तो होर भी जेडे इन्हां दी पार्टी के सीनियर जूनियर आगू आ उन्होंने दिन रात एक करना हैगा जी हिमाचल दे विच जाके। उस तो बाद आपां जाणदे जी कि गुजरात दीआं चोणां दा वेला आ जाणा, फिर गुजरात के भी जाएंगे उत्थे भी आपका प्रचार करेंगे। पर पता लगे जी कि भगवंत मान होरी जिहड़े वो बहुत जल्द प्रचार करने के लिए जाएंगे उत्थे हिमाचल प्रदेश के। उन्होंने वालों एक गल कही गई है कि असी दिन रात एक करांगे तो असी जितांगे, हालांकि मैनू जितण की आस बहुत घट लगती है। उहदा कारण यह भी जिहड़ा चमत्कार पंजाब दे विच होया वह इस करके होया क्योंकि पंजाब के लोगों ने यह गल धार ली सी भी भावें असी काले चोर नू वोटा पा रहीए पर इन्हों नहीं पाउणगा, रवायती दोवें पार्टियां नहीं पाउणगा। पर यह मैंने लगता निजी तौर पर मेरा ख्याल आ भी गुजरात के लोगों ने हाले योजा मन नहीं बनाया कि भाई जिन्हों मर्जी वोटा पा दईए पर असी बीजेपी नहीं पाउणगा, असी फलाणियां नहीं पाउणगा। सो दसूगा समा भी भाई हिमाचल के लोगों ने की मन बनाया, गुजरात के मन बनाया। पर भाई प्रचार का दौर आ, प्रचार की गल है तो प्रचार करने लिए भगवंत मान तो उन्होंने बाकी मित्र मंडली है जी वो लगातार हुण दिवाली तो बाद वख-वख थावां ते जाणगे जी। जी बिल्कुल सर। वैसे एक होर तसल्लीजनक खबर जिहड़ी पंजाब तो सामने आ रही है, ऐसकी कहिंदे पराली नूं घाट अग लग रही है जी पंजाब। हाँ बिल्कुल जी, लंघे कल ना मैनूं पंजाब दे विच कई थावां ते जाण दा मौका मिलिया, मैं कई पिंड देखे कल। मैं सड़क दे खब्बे सज्जे वेखदा गया ते बहुत सारे किसानां ने जिहड़ी पराली आ उहदियां गट्ठां बणाईआं, उहदियां जिवें आपां भरियां बणा के ਜਾਂ ਉਹਦੀਆਂ ਬੈਂਚ ਨੁਮਾ ਗੱਠਾਂ ਬਣਾ ਕੇ ਅਤੇ ਪਰਾਲੀ ਸਾਂਭ ਕੇ ਰੱਖ ਲਈ ਹੈ ਜਾਂ ਉਹ ਸਾਂਭ ਰਹੇ ਆ, ਜਾਂ ਕਈ ਕਿਸਾਨਾਂ ਨੇ ਜਿਹੜੀ ਪਰਾਲੀ ਆ ਉਹ ਵਿੱਚੇ ਵਾਹਤੀ ਆ। ਸੋ ਮੈਨੂੰ ਇਹ ਗੱਲ ਚੰਗੀ ਲੱਗੀ ਹੈ ਜੀ ਕਿ ਜਿਹੜਾ ਕਿਸਾਨ ਆ, ਦੇਖੋ ਸਾਰੇ ਤਾਂ ਨਹੀਂ ਮੈਂ ਕਹਿੰਦਾ ਵੀ ਕਿਸੇ ਨੇ ਅੱਗ ਲਾਈ ਨਹੀਂ, ਪਰ ਇਹ ਜੇਕਰ ਮੈਂ ਪਿਛਲੇ ਸਾਲਾਂ ਦੇ ਮੁਕਾਬਲਤਨ ਦੇਖਿਆ ਤਾਂ ਐਤਕੀ ਘੱਟ ਮੈਨੂੰ ਹਾਲੇ ਤੱਕ ਮੈਨੂੰ ਘੱਟ ਲੱਗਦਾ। ਅਤੇ ਮੈਨੂੰ ਲੱਗਦਾ ਜੀ ਕਿ 70% ਕਿਸਾਨਾਂ ਨੇ ਆਪਣੀ ਝੋਨਾ ਜਿਹੜਾ ਹੈਗਾ ਉਹ ਫਸਲ ਜਿਹੜੀ ਆ ਉਹ ਹੁਣ ਵਰਤ ਵੀ ਲਈ ਹੈ, ਮੰਡੀਆਂ ਦੇ ਵਿੱਚ ਝੋਨਾ ਵੀ ਪਹੁੰਚ ਗਿਆ, ਝੋਨਾ ਆਪਣਾ ਵੱਢ ਵੀ ਲਿਆ। ਸੋ ਇਹ ਜਿੰਨਾ ਕੁ ਮੈਂ ਹੁਣ ਤੱਕ ਦੇਖਿਆ ਉਹਦੇ ਮੁਤਾਬਕ ਮੇਰੇ ਮਨ ਦੇ ਉੱਤੇ ਪ੍ਰਭਾਵ ਇਹੀ ਹੈ ਵੀ ਐਤਕੀ ਹਾਲੇ ਤੱਕ ਬਹੁਤ ਘੱਟ ਕਿਸਾਨਾਂ ਨੇ ਅੱਗ ਲਾਈ ਆ। ਦੇਖੋ ਕਿਸਾਨ ਦੇ ਕੋਲ ਮਜਬੂਰੀਆਂ ਬਹੁਤ ਆ, ਪਰ ਇਸ ਦੇ ਬਾਵਜੂਦ ਉਹ ਸਿਆਣਪ ਦੇ ਨਾਲ ਐਤਕੀ ਵਿਚਰ ਵੀ ਰਿਹਾ, ਲੋਕਾਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਵੀ ਬਹੁਤ ਕੋਸ਼ਿਸ਼ ਕੀਤੀ ਗਈ ਆ। ਸੋ ਲੋਕ ਜਾਗੇ ਵੀ ਆ, ਲੋਕਾਂ ਨੂੰ ਜਗਾਉਣ ਦੇ ਲਈ ਕਈ ਸਮਾਜ ਸੇਵੀ ਸੰਸਥਾਵਾਂ ਨੇ ਵੀ ਯੋਗਦਾਨ ਪਾਇਆ, ਸਰਕਾਰਾਂ ਨੇ, ਮੈਂ ਗੱਲ ਨਹੀਂ ਕਰਦਾ ਸਰਕਾਰ ਨੇ ਚਲੋ ਰਾਜਨੀਤੀ ਕਰਨੀ ਹੁੰਦੀ ਉਹ ਤਾਂ ਹੁਣ ਵੀ ਕਰੀ ਜਾਂਦੇ, ਭਵਿੱਖ ਦੇ ਵਿੱਚ ਵੀ ਕਰਨਗੇ। ਸੋ ਗੱਲ ਇਹ ਜੀ ਕਿ ਇਸ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨੀ ਦੇ ਵਿੱਚ ਮੇਰਾ ਖਿਆਲ ਮੋੜ ਆ ਰਿਹਾ, ਇਹ ਮੋੜ ਇਵੇਂ ਆਇਆ ਰਹੇ, ਐਤਕੀ ਪਰਾਲੀ ਆ ਜਿਹੜੀ ਉਹ ਜਾਂ ਆਉਂਦੇ ਸਮੇਂ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਨਾੜ ਆ ਉਹਨੂੰ ਨਾ ਅੱਗ ਲੱਗੇ ਇਹਦੀ ਕਾਮਨਾ ਕਰਦੇ। ਪਰ ਮੇਰਾ ਪ੍ਰਭਾਵ ਇਹੀ ਆ ਵੀ ਐਤਕੀ ਘੱਟ ਅੱਗ ਲੱਗੀ ਆ ਜਿੰਨਾ ਕੁ ਮੈਂ ਹੁਣ ਤੱਕ ਦੇਖਿਆ ਜੀ। ਜੀ ਪਰ ਸਰ ਉੱਧਰ ਕਹਿੰਦੇ ਪਰਾਲੀ ਨਾ ਸਾੜਨ ਵਾਲੀਆਂ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ 1,00,000 ਰੁਪਈਆ ਮਿਲੂਗਾ। ਹਾਂ ਬਿਲਕੁਲ, ਦੇਖੋ ਇਹਨਾਂ ਉਪਰਾਲਿਆਂ ਦੇ ਕਰਕੇ ਵੀ ਸਾਰਾ ਕੁਝ ਚੰਗਾ ਹੋਇਆ, ਇਹਨਾਂ ਉਪਰਾਲਿਆਂ ਦੇ ਕਰਕੇ ਵੀ ਇਹ ਸਾਰਾ ਨਾ ਮੇਰਾ ਖਿਆਲ ਵੀ ਹਾਂਦਰੂ ਹੁੰਗਾਰਾ ਦੇਖਣ ਨੂੰ ਮਿਲ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਇਹੋ ਜਿਹੇ ਆ ਜਿਨ੍ਹਾਂ ਨੇ ਐਤਕੀ ਆਪਣੇ ਤੌਰ ਦੇ ਉੱਤੇ ਇਨਾਮਾਂ ਦਾ ਐਲਾਨ ਕੀਤਾ, ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਜੇਕਰ ਐਤਕੀ ਪਿੰਡ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲੱਗੂਗੀ ਤਾਂ ਅਸੀਂ ਆਪਣੇ ਤੌਰ ਦੇ ਉੱਤੇ ਫਲਾਣੀ ਸੰਸਥਾ ਦੇ ਵੱਲੋਂ ਮਦਦ ਕਰਾਂਗੇ। ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਕਿਸਾਨ ਸਾਡੇ ਪਿੰਡ ਦੇ ਵਿੱਚ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਅਸੀਂ 500 ਰੁਪਈਆ, 700 ਰੁਪਈਆ, 1,000 ਰੁਪਈਆ, 800 ਰੁਪਈਆ ਏਕੜ ਦੇਵਾਂਗੇ। ਸੋ ਸਰਕਾਰਾਂ ਕੁਛ ਦੇਣ ਨਾ ਦੇਣ, ਪਰ ਇਹ ਵੀ ਲੋਕ ਆਪਣੇ ਤੌਰ 'ਤੇ ਵੀ ਕੁਝ ਨਾ ਕੁਝ ਕਰ ਰਹੇ ਆ, ਚੰਗੀ ਗੱਲ ਆ। ਐਨ ਆਰ ਆਈ ਭੈਣਾਂ ਵੀਰਾਂ ਦੀ ਬੜੀ ਇਹਦੇ 'ਚ
ਕਿਰਪਾ ਉਹਨਾਂ ਦੀ ਬੜੀ ਮਿਹਨਤ ਹੈਗੀ ਆ। ਪਰ ਜਿਹੜੀ ਤਾਜ਼ਾ ਜਾਣਕਾਰੀ ਹੈ ਵੀ ਲੰਘੇ ਤਾਂ ਕੱਲ੍ਹ ਕੁਲਤਾਰ ਸਿੰਘ ਸੰਧਵਾਂ ਜਿਹੜੇ ਕਿ ਵਿਧਾਨ ਸਭਾ ਦੇ ਸਪੀਕਰ ਸਾਹਿਬ ਆ, ਉਹ ਆਪਣੇ ਪਿੰਡ ਦੇ ਵਿੱਚ ਗਏ ਸੀਗੇ। ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਪਿੰਡਾਂ ਦੇ ਉਹਨਾਂ ਕਿਸਾਨਾਂ ਨੂੰ ਮਦਦ ਵੀ ਦਿੱਤੀ ਜਾ ਰਹੀ ਹੈ ਅਤੇ ਸਨਮਾਨਿਤ ਵੀ ਕੀਤਾ ਜਾ ਰਿਹਾ ਜਿਨ੍ਹਾਂ ਨੇ ਵਾਤਾਵਰਨ ਬਚਾਉਣ ਦੇ ਵਿੱਚ ਯੋਗਦਾਨ ਪਾਇਆ। ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੀਆਂ ਜਿਹੜੀਆਂ ਪੰਚਾਇਤਾਂ ਇਹ ਗੱਲ ਦਾ ਦਾਅਵਾ ਕਰਨਗੀਆਂ ਅਤੇ ਯਕੀਨ ਬਣਾਉਣਗੀਆਂ ਵੀ ਭਾਈ ਸਾਡੇ ਪਿੰਡ ਦੇ ਵਿੱਚ ਐਤਕੀ ਬਿਲਕੁਲ ਪਰਾਲੀ ਨੂੰ ਅੱਗ ਨਹੀਂ ਲਾਈ ਗਈ, ਸਾਡੇ ਪਿੰਡ 'ਚ ਨਾੜ ਨੂੰ ਬਿਲਕੁਲ ਨਹੀਂ ਅੱਗ ਲਾਈ ਗਈ, ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਇੱਕ ਇੱਕ ਲੱਖ ਰੁਪਏ ਦੀ ਗ੍ਰਾਂਟ ਦੇਵਾਂਗੇ। ਹਾਲਾਂਕਿ ਚਲੋ ਆਪਾਂ ਇਹ ਵੀ ਗੱਲ ਕਹਿ ਸਕਦੇ ਲੱਖ ਰੁਪਏ ਦਾ ਕੀ ਆਉਂਦਾ, ਇਹਦੇ 'ਚ ਕਿਹੜਾ ਗਲੀ ਬਣਦੀ ਹੈ। ਪਰ ਦੇਖੋ ਸਰਕਾਰ ਉਤਸ਼ਾਹ ਵਧਾਊ, ਇਨਾਮ ਤਾਂ ਦੇ ਰਹੀ ਹੈ ਨਾ, ਪਰ ਇਨਾਮ ਵੀ ਹੈ, ਕਹਿ ਕੇ ਥੋੜ੍ਹੀ ਲਈਦਾ ਵੀ ਭਾਈ ਇੰਨੇ ਪੈਸੇ ਦੇ ਫਿਰ ਅਸੀਂ ਐਂ ਨਹੀਂ ਕਰਾਂਗੇ। ਸੋ ਸਰਕਾਰ ਜਿੰਨਾ ਕਰਦੀ ਹੈ ਉਹਦਾ ਵੀ ਧੰਨਵਾਦ, ਉਹਨੂੰ ਵੱਧ ਤੋਂ ਵੱਧ ਕਰਨਾ ਚਾਹੀਦਾ ਜੀ। ਜੀ ਬਿਲਕੁਲ ਸਹੀ ਸਰ। ਸੁਨਾਮ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ, ਕਹਿੰਦੇ ਸੁਨਾਮ ਦੇ ਵਿੱਚ ਸਿਰਸਾ ਵਾਲੇ ਦਾ ਡੇਰਾ ਬਣਾਉਣ ਤੇ ਵਿਵਾਦ ਸ਼ੁਰੂ ਹੋ ਗਿਆ ਜੀ। ਹਾਂ ਬਿਲਕੁਲ ਜੀ, ਵਿਵਾਦ ਸ਼ੁਰੂ ਹੋ ਗਿਆ, ਵਿਵਾਦ ਸ਼ੁਰੂ ਹੋਣਾ ਹੀ ਸੀ, ਇਸ ਗੱਲ ਤੇ ਸਾਨੂੰ ਪੱਕੀ ਆਸ ਸੀਗੀ। ਉਹਦਾ ਕਾਰਨ ਇਹ ਆ ਵੀ ਇਹ ਜਦੋਂ ਵੀ ਡੇਰਾ ਸ਼ੁਰੂ ਹੁੰਦਾ ਜਾਂ ਹੋਊਗਾ ਹੁਣ, ਤੇ ਇਹਦਾ ਵਿਵਾਦ ਇਵੇਂ ਹੀ ਵਧੂਗਾ, ਇਹ ਗੱਲ ਪੱਕੀ ਆ। ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਸ ਤਰੀਕੇ ਦੇ ਨਾਲ ਗੁਰਮੀਤ ਰਾਮ ਰਹੀਮ ਦੇ ਵੱਲੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਲਗਾਤਾਰ ਆਨਲਾਈਨ ਪ੍ਰਚਾਰ ਕੀਤਾ ਜਾ ਰਿਹਾ, ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਤੇ ਨਾਲ ਦੀ ਨਾਲ ਉਹਨੇ ਆਪਦਾ ਪ੍ਰਚਾਰ ਸ਼ੁਰੂ ਕਰਤਾ ਜਾ ਕੇ ਇੱਧਰ ਬਾਗਪਤ ਆਸ਼ਰਮ ਯੂਪੀ ਦੇ ਵਿੱਚ, ਤੇ ਇਹਦੇ ਉੱਤੇ ਰੌਲਾ ਹਾਲੇ ਵਧੂਗਾ ਕਿਉਂਕਿ ਪਿਛਲੇ ਦਿਨੀ ਜਿਹੜੀ ਉਹਨਾਂ ਨੇ ਕੀਤੀ ਹੈ ਜੀ ਆਪਦਾ ਸਤਸੰਗ, ਇਹ ਸਤਸੰਗ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਸੁਨਾਮ ਦੇ ਵਿੱਚ ਇੱਕ ਨਵਾਂ ਡੇਰਾ ਬਣੂੰਗਾ, ਸੁਨਾਮ ਦੇ ਵਿੱਚ ਡੇਰਾ ਵੱਡਾ ਬਣੂੰਗਾ, ਕਿਉਂਕਿ ਭਗਤਾਂ ਨੇ ਇਹ ਗੱਲ ਕਹੀ ਸੀ ਵੀ ਭਾਈ ਸਾਨੂੰ ਸੁਨਾਮ ਦੇ ਵਿੱਚ ਡੇਰਾ ਚਾਹੀਦਾ। ਗੁਰਮੀਤ ਰਾਮ ਰਹੀਮ ਨੇ ਗੱਲ ਕਹੀ ਔਨਲਾਈਨ ਕਿ ਭਾਈ ਉਹਦੇ ਲਈ ਜ਼ਮੀਨ ਕਿੱਥੋਂ ਆਊਗੀ, ਉਹ ਕਹਿੰਦੇ ਜੀ ਅਸੀਂ ਆਲੇ ਦੁਆਲੇ ਦੀ ਜ਼ਮੀਨ ਖਰੀਦ ਲਾਂਗੇ, ਫਿਰ ਉਹਨਾਂ ਨੇ ਪ੍ਰਵਾਨਗੀ ਦਿੱਤੀ ਕਹਿੰਦੇ ਵੀ ਬਣਾ ਲਓ। ਸੋ ਗੱਲ ਬਣਾ ਲਓ ਦੀ ਜਦੋਂ ਆ ਗਈ ਤੇ ਫਿਰ ਸਿੱਖ ਜਥੇਬੰਦੀਆਂ ਭੜਕ ਗਈਆਂ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜਾ ਵਿੰਗ ਆ, ਜਿਹੜਾ ਡਿਪਾਰਟਮੈਂਟ ਆ ਇੱਥੇ ਉਸਾਰੀ ਵਾਲਾ, ਉਹਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸੋ ਪਤਾ ਲੱਗਾ ਜੀ ਕਿ ਪੰਜਾਬ ਦੀਆਂ ਜਿਹੜੀਆਂ ਸਮਾਜਿਕ ਤੇ ਕੁਝ ਕੁ ਪੰਥਕ ਜਥੇਬੰਦੀਆਂ ਉਹਨਾਂ ਨੇ ਵਿਰੋਧ ਕੀਤਾ, ਉਹਨਾਂ ਦੇ ਵਿੱਚੋਂ ਹੁਣ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਇਹ ਡੇਰਾ ਬਣਿਆ ਤਾਂ ਇਹਦੇ ਨਾਲ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਹੋਊਗਾ, ਪੰਜਾਬ ਦੀ ਸਰਕਾਰ ਜਾਣਬੁੱਝ ਕੇ ਮਾਹੌਲ ਖਰਾਬ ਕਰਨਾ ਤੇ ਕਰਵਾਉਣਾ ਚਾਹੁੰਦੀ ਹੈ। ਉਹਨਾਂ ਨੇ ਕਿਹਾ ਜੀ ਕਿ ਇਹ ਡੇਰਾ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਬਣਨ ਦੇਵਾਂਗੇ ਸੁਨਾਮ ਦੇ ਵਿੱਚ, ਕਿਉਂਕਿ ਜਿਹੜੇ ਬੰਦੇ ਦੇ ਉੱਤੇ ਦੋਸ਼ ਸਾਬਤ ਹੋ ਜਾਣ ਕਿ ਇਹਨੇ ਕੁੜੀਆਂ ਦੀ ਪੱਤ ਵੀ ਲੁੱਟੀ ਆ, ਇਹਨੇ ਜਿਹੜੇ ਛਤਰਪਤੀ ਦਾ ਕਤਲ ਵੀ ਕੀਤਾ ਜਾਂ ਕਰਵਾਇਆ, ਤੇ ਉਸ ਬੰਦੇ ਦੇ ਡੇਰੇ ਤੋਂ ਕਰਵਾਉਣਾ ਕੀ ਆ, ਉਹ ਲੋਕਾਂ ਨੂੰ ਆਪਣੀ ਸੰਗਤ ਦੇ ਨਾਲ ਕੀ ਸੁਨੇਹਾ ਦਿੰਦਾ ਹੋਊਗਾ। ਸੋ ਸਿੱਖ ਜਥੇਬੰਦੀਆਂ ਨੇ ਗੱਲ ਕਹੀ ਹੈ, ਸ਼੍ਰੋਮਣੀ ਕਮੇਟੀ ਨੇ ਗੱਲ ਕਹੀ ਹੈ ਕਿ ਇਹ ਡੇਰਾ ਅਸੀਂ ਨਹੀਂ ਬਣ ਦੇਣਾ। ਸੋ ਵਕਤ ਦੱਸੂਗਾ ਹੋਰ ਕੀ ਬਣਦਾ, ਪਰ ਗੱਲ ਇਹ ਆ ਵੀ ਇਸ ਵੇਲੇ ਮਾਹੌਲ ਤਲਾ ਤਲੀ ਵਾਲਾ ਹੈਗਾ ਜੀ। ਜੀ ਤੇ ਸਰ ਸੁਖਪਾਲ ਖਹਿਰਾ ਹੋਰੀ ਕਹਿੰਦੇ ਭਗਵੰਤ ਮਾਨ ਹੋਰਾਂ ਦੇ ਉੱਪਰ ਭੜਕੇ ਨੇ, ਕਿਹੜੀ ਗੱਲ ਤੋਂ? ਦੇਖੋ ਗੱਲ ਇਹ ਜੀ ਕਿ ਸੁਖਪਾਲ ਸਿੰਘ ਖਹਿਰਾ ਆਪਣੀ ਥਾਂ ਦੇ ਉੱਤੇ ਮੈਨੂੰ ਸਹੀ ਲੱਗੇ ਆ, ਉਹ ਸਹੀ ਮੈਨੂੰ ਇਸ ਕਰਕੇ ਲੱਗੇ ਆ ਕਿਉਂਕਿ ਸੁਖਪਾਲ ਸਿੰਘ ਖਹਿਰਾ ਕਹਿੰਦੇ ਵੀ ਇਸ ਵੇਲੇ ਭਗਵੰਤ ਮਾਨ ਦੀ ਕੋਠੀ ਦੇ ਮੂਹਰੇ ਕਿਸਾਨ ਬੈਠੇ ਆ, ਪਿਛਲੇ ਕਈ ਦਿਨਾਂ ਤੋਂ ਬੈਠੇ ਆ, ਪਹਿਲਾਂ ਇਹ ਮੋਦੀ ਦੇ ਖਿਲਾਫ ਬੈਠੇ ਜੀ ਧਰਨੇ ਦੇ ਉੱਤੇ, ਤੇ ਪਿਛਲੀ ਦੀਵਾਲੀ ਇਹਨਾਂ ਦੀ ਦਿੱਲੀ ਦੇ ਬਾਰਡਰ ਤੇ ਲੰਘ ਗਈ, ਹੁਣ ਉਹ ਕਿਸਾਨ ਬੈਠੇ ਆ ਜੀ ਭਗਵੰਤ ਮਾਨ ਦੇ ਘਰ ਦੇ ਮੂਹਰੇ ਸੰਗਰੂਰ ਦੇ ਵਿੱਚ, ਤੇ ਦੀਵਾਲੀ ਇਹਨਾਂ ਦੀ ਹੁਣ ਵੀ ਸੜਕਾਂ ਦੇ ਉੱਤੇ ਲੰਘਣੀ ਆ, ਇਹਨਾਂ ਦਾ ਕਸੂਰ ਕੀ ਆ? ਸੁਖਪਾਲ ਸਿੰਘ ਖਹਿਰਾ ਨੇ ਗੱਲ ਕਹੀ ਆ ਵੀ ਜਦੋਂ ਮੋਦੀ ਸਰਕਾਰ ਦੇ ਸੀਗੇ ਕਾਨੂੰਨ ਤਿੰਨੇ, ਉਦੋਂ ਭਗਵੰਤ ਮਾਨ ਹੋਰੀ ਕਹਿੰਦੇ ਹੁੰਦੇ ਸੀ ਕਿ ਸਰਕਾਰ ਨਿਰਦਈ ਹੋ ਗਈ, ਇਹਨੂੰ ਜਲਦੀ ਸਾਰ ਲੈਣੀ ਚਾਹੀਦੀ ਹੈ, ਇਹ ਸਰਕਾਰ ਕਿਸਾਨਾਂ ਨੂੰ ਟਿੱਚ ਜਾਣਦੀ ਹੈ, ਇਹ ਕਿਸੇ ਨੂੰ ਕੁਝ ਸਮਝਦੀ ਨਹੀਂ। ਪਰ ਉਹਨਾਂ ਨੇ ਸਵਾਲ ਕੀਤਾ ਭਗਵੰਤ ਮਾਨ ਨੂੰ ਵੀ ਹੁਣ ਤੁਸੀਂ ਕੀ ਸਮਝਦੇ ਹੋ ਕਿਸਾਨ ਨੂੰ, ਕੀ ਤੁਸੀਂ ਟਿੱਚ ਨਹੀਂ ਜਾਣਦੇ, ਕੀ ਹੁਣ ਤੱਕ ਦੋ ਕਿਸਾਨਾਂ ਦੀ ਤੁਹਾਡੇ ਘਰ ਦੇ ਮੂਹਰੇ ਮੌਤ ਨਹੀਂ ਹੋਈ, ਤੇ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਫਿਰ ਭਾਈ ਤੁਹਾਡਾ ਵੀ ਬੁਰਾ ਹਾਲ ਹੋਊਗਾ ਉਹਦੇ ਸਮੇਂ ਦੇ ਵਿੱਚ, ਕਿਉਂਕਿ ਦੇਖੋ ਹੁਣ ਤੱਕ ਦੋ ਕਿਸਾਨਾਂ ਦੀ ਮੌਤ ਹੋ ਗਈ ਆ ਭਗਵੰਤ ਮਾਨ ਦੇ ਘਰ ਦੇ ਮੂਹਰੇ, ਉਹਨਾਂ ਦੇ ਵਿੱਚੋਂ ਇੱਕ ਦੀ ਮੌਤ ਹੋਈ ਜੀ ਸੱਪ ਲੜਨ ਦੇ ਕਰਕੇ। ਸੋ ਕਿਸਾਨ ਨੇ ਜਿਹੜੇ ਉਹਨਾਂ ਦੇ ਵੱਲੋਂ ਗੱਲ ਕਹੀ ਗਈ ਵੀ ਇਹਨਾਂ ਦੋਵਾਂ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਕੁੱਲ ਕਰਜ਼ਾ ਮਾਫ਼ ਕੀਤਾ ਜਾਵੇ, ਟੱਬਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ, 10-10 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ, ਪਰ ਸਰਕਾਰ ਦੇ ਵੱਲੋਂ ਇਸ ਜਿਹੜੇ ਮਸਲੇ ਦੇ ਉੱਤੇ ਕੋਈ ਗਰੰਟੀ ਨਹੀਂ ਦਿੱਤੀ ਜਾ ਰਹੀ, ਕੋਈ ਮੁਲਾਕਾਤ ਨਹੀਂ ਕੀਤੀ ਜਾ ਰਹੀ, ਕੁਛ ਵੀ ਇਸ ਮਸਲੇ ਦੇ ਉੱਤੇ ਨਹੀਂ ਕੀਤਾ ਜਾ ਰਿਹਾ ਜੀ। ਸਰ ਉੱਧਰ ਪਾਣੀ ਵਾਲੀ ਟੈਂਕੀ ਦੇ ਉੱਪਰ ਬੈਠੇ ਜਿਹੜੇ ਬੇਰੁਜ਼ਗਾਰ ਨੇ, ਕਹਿੰਦੇ ਪੁਲਿਸ ਨੇ ਜ਼ਬਰਦਸਤੀ ਉਤਾਰੇ ਨੇ ਜੀ। ਦੇਖੋ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਵੀ ਇਹ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ, ਇਹਨਾਂ ਦੇ ਉੱਤੇ ਪਾਣੀ ਚੜ੍ਹੇ ਨਾ ਚੜ੍ਹੇ, ਪਰ ਹੁਣ ਬੇਰੁਜ਼ਗਾਰ ਜ਼ਰੂਰ ਚੜ੍ਹਦੇ ਆ। ਬੇਰੁਜ਼ਗਾਰਾਂ ਨੂੰ ਕੋਈ ਸ਼ੌਕ ਨਹੀਂ ਵੀ ਉਹਦੇ ਬੈੱਡ ਤੋਂ ਉੱਠਣ ਤੇ ਉਹ ਜੀ ਜਾ ਕੇ ਪਾਣੀ ਵਾਲੀ ਟੈਂਕੀ ਤੇ ਬਹਿ ਜਾਣ, ਉਹਨਾਂ ਨੂੰ ਕੀ ਚਾਅ ਚੜ੍ਹਿਆ ਇਸ ਗੱਲ ਦਾ?
ਉਹ ਵਿਚਾਰੇ ਇਸ ਕਰਕੇ ਬੈਠੇ ਆ ਕਿਉਂਕਿ ਉਹਨਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਗਾ। ਇਹੀ ਕੇਜਰੀਵਾਲ ਸਾਹਿਬ ਬੇਰੁਜ਼ਗਾਰ ਪੀ ਟੀ ਆਈ ਅਧਿਆਪਕਾਂ ਬਾਰੇ ਕਹਿੰਦੇ ਹੁੰਦੇ ਸੀ, ਹਮਾਰੀ ਸਰਕਾਰ ਆ ਜਾਣੇ ਦੋ ਹਮ ਆਪਕੋ ਤੁਰੰਤ ਨੌਕਰੀ ਪਰ ਰੱਖੇਂਗੇ। ਹੁਣ ਉਹ ਲਗਾਤਾਰ ਬੀਬੀਆਂ ਵੀ ਕਹਿ ਰਹੀਆਂ ਵੀ ਭਾਈ ਤੁਸੀਂ ਤਾਂ ਸਾਨੂੰ ਆਪਦੀਆਂ ਭੈਣਾਂ ਮੰਨਿਆ ਸੀ, ਤੁਸੀਂ ਸਾਡੇ ਭਰਾ ਹੋ, ਪਰ ਭਰਾ ਆਹ ਕੁਝ ਥੋੜੀ ਕਰਦਾ ਜਿਹੜਾ ਕੋਈ ਤੁਸੀਂ ਕਰ ਰਹੇ ਹੋ। ਸਵਾ ਸੱਤ ਸਾਢੇ ਸੱਤ ਮਹੀਨੇ ਹੋ ਗਏ ਤੁਸੀਂ ਸਾਡੀ ਸਾਰ ਨਹੀਂ ਲੈਂਦੇ। ਪਿਛਲੇ ਦਿਨੀ ਮੋਹਾਲੀ ਦੇ ਸੁਹਾਣਾ ਜਿਹੜਾ ਪਿੰਡ ਆ ਉੱਥੇ ਪਾਣੀ ਵਾਲੀ ਟੈਂਕੀ ਦੇ ਉੱਤੇ ਬੇਰੁਜ਼ਗਾਰ ਪੀ ਟੀ ਆਈ ਅਧਿਆਪਕ ਚੜ੍ਹ ਗਈਆਂ ਸੀ, ਲੰਘੇ ਕੱਲ ਉਹਨਾਂ ਨੂੰ ਪੁਲਿਸ ਦੇ ਵੱਲੋਂ ਜ਼ਬਰਦਸਤੀ ਉਤਾਰਿਆ ਗਿਆ। ਤੇ ਇਹ ਗੱਲ ਕਹੀ ਗਈ ਹੈ ਵੀ ਇੱਦਾਂ ਦਾ ਕੁਝ ਅਸੀਂ ਨਹੀਂ ਹੋਣ ਦੇਣਾ ਜਿੱਦਾਂ ਦਾ ਕੁਝ ਇਸ ਵੇਲੇ ਬੇਰੁਜ਼ਗਾਰਾਂ ਦੇ ਵੱਲੋਂ ਜਾਂ ਕੱਚਿਆਂ ਮੁਲਾਜ਼ਮਾਂ ਦੇ ਵੱਲੋਂ ਕੀਤਾ ਜਾ ਰਿਹਾ। ਸੋ ਉਹਨਾਂ ਨੇ ਮਜਬੂਰੀ ਦੇ ਵਿੱਚ ਜਾਂ ਕਰੀਏ ਜ਼ਬਰਦਸਤੀ ਤਰੀਕੇ ਦੇ ਨਾਲ ਤੇ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਸੀ ਜਿਹੜੇ ਟੈਂਕੀ ਦੇ ਚੜ੍ਹ ਕੇ ਉਹਨਾਂ ਨੂੰ ਥੱਲੇ ਲਾ ਲਿਆ ਜੀ। ਜੀ ਸਰ, ਹੁਣ ਗੱਲ ਕਰਦੇ ਹਾਂ ਜੀ ਕਲਾ ਜਗਤ ਦੀ। ਇਸ ਵੇਲੇ ਹਾਲਾਤ ਉੱਥੇ ਵੀ ਕੋਈ ਬਹੁਤੇ ਚੰਗੇ ਹੈ ਨੀ ਗੇ, ਜਿਸ ਦੀਆਂ ਖ਼ਬਰਾਂ ਹਰ ਵਾਰ ਸਾਹਮਣੇ ਆਉਂਦੀਆਂ ਨੇ। ਹੁਣ ਤਾਂ ਪੰਜਾਬੀ ਫਿਲਮਾਂ ਦੀ ਜਿਹੜੀ ਹੈ ਸਫਲਤਾ ਕਹਿੰਦੇ ਸੰਸਥਾਵਾਂ ਦੇ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਇਸ ਵੇਲੇ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹਨਾਂ ਨੂੰ ਕੋਈ ਦੇਖਣ ਕਿਉਂ ਜਾਵੇ, ਸਵਾਲ ਸਭ ਤੋਂ ਵੱਡਾ ਇਹ ਆ। ਕੀ ਇਸ ਕਰਕੇ ਜਾਵੇ ਵੀ ਉਹਨਾਂ ਦੇ ਵਿੱਚ ਫੂੜ ਕਿਸਮ ਦਾ ਹਾਸਾ? ਕੀ ਇਸ ਕਰਕੇ ਜਾਵੇ ਵੀ ਫਿਲਮ ਦਾ ਨਾਂ ਹੀ ਬਦਲਿਆ ਹੁੰਦਾ, ਕਲਾਕਾਰ ਤਾਂ ਸਾਰੇ ਉਹੀ ਹੁੰਦੇ ਆ? ਕੀ ਇਸ ਕਰਕੇ ਜਾਵੇ ਵੀ ਭਾਈ 30-40% ਇੰਗਲੈਂਡ 'ਚੋਂ ਸਬਸਿਡੀ ਲੈਣ ਦੇ ਲਈ ਫਿਲਮ ਬਣਾਈ ਜਾਂਦੀ ਹੈ? ਕੀ ਇਸ ਕਰਕੇ ਜਾਵੇ ਵੀ ਉਹਦੇ 'ਚ ਬੇਲੋੜਾ ਉੱਚੀ ਬੋਲਣਾ, ਗਾਲਾਂ ਕੱਢੀ ਜਾਂਦੇ ਆ, ਮੂੰਹ ਨਹੀਂ ਸਿਰ ਨਹੀਂ ਕਹਾਣੀ ਦਾ, ਅਤੇ ਬੰਦਾ ਆਪਦੇ ਪੈਸਿਆਂ ਨੂੰ ਅੱਗ ਲਾਉਣ ਜਾਵੇ? ਮੈਂ ਤਾਂ ਇਹ ਸੋਚਦਾ ਹੁੰਦਾ ਵੀ ਜਿਹੋ ਜਿਹੇ ਪੰਜਾਬੀ ਫਿਲਮ 'ਤੇ ਪੈਸੇ ਲਾ ਲਏ, ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ, ਬਹੁ ਗਿਣਤੀ ਪੰਜਾਬੀ ਫਿਲਮ 'ਤੇ ਪੈਸੇ ਲਾ ਲਏ ਜਿਹੋ ਜਿਹੇ, ਅਤੇ ਜਿਹੋ ਜਿਹੇ ਦੀਵਾਲੀ ਦੇ ਮੌਕੇ ਪਟਾਕੇ ਲੈ ਲਏ, ਭਾਈ ਇੱਕੋ ਜਿਹੀ ਗੱਲ ਆ। ਕਿਉਂਕਿ ਨਾ ਤਾਂ ਇਹ ਪਤਾ ਲੱਗਣਾ ਵੀ ਪਟਾਕਿਆਂ ਨੂੰ ਅੱਗ ਲੱਗੀ ਕਿ ਪੈਸਿਆਂ ਨੂੰ ਲੱਗੀ ਆ, ਅਤੇ ਨਾ ਇਹਨਾਂ ਦਾ ਪਤਾ ਲੱਗਣਾ ਵੀ ਭਾਈ ਬਣ ਕੀ ਰਿਹਾ। ਸੋ ਗੱਲ ਇਹ ਜੀ ਕਿ ਇਸ ਵੇਲੇ ਪੰਜਾਬੀ ਫਿਲਮਾਂ ਜਿਹੜੀਆਂ ਉਹ ਨੱਕੋ ਬੁੱਲੋਂ ਤਾਂ ਲੱਥੀਆਂ ਕਿਉਂਕਿ ਇਹਨਾਂ ਦੇ ਵਿੱਚ ਕੱਢਣ ਪਾਉਣ ਨੂੰ ਕੁਝ ਹੈ ਨਹੀਂ ਗਾ। ਜੇਕਰ ਇਹਨਾਂ ਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੁੰਦਾ ਤਾਂ ਹੁਣ ਤੱਕ ਤਾਂ ਇਹਨਾਂ ਨੂੰ ਦਰਸ਼ਕਾਂ ਨੇ ਬਹੁਤ ਪਿਆਰ ਦੀ ਦਾਤ ਦੇਣੀ ਸੀ। ਜਿਹੜੀਆਂ ਵੀ ਪੰਜਾਬੀ ਫਿਲਮਾਂ ਚੰਗੀਆਂ ਬਣਦੀਆਂ ਉਹਨਾਂ ਫਿਲਮਾਂ ਨੂੰ ਤਾਂ ਦਰਸ਼ਕ ਉੱਡ ਕੇ ਦੇਖਣ ਨੂੰ ਜਾਂਦੇ ਆ, ਪਰ ਗੱਲ ਇਹ ਵੀ ਕੋਈ ਐਵੇਂ ਕਿਉਂ ਜਾਵੇ? ਦੇਖੋ ਅੱਜ ਆਪਾਂ ਜੇ ਕਰਦੇ ਬਾਹੂਬਲੀ ਫਿਲਮ ਦੀ ਗੱਲ ਕਰਦੇ ਹਾਂ, ਸੋ ਇੱਕ ਮੇਰੇ ਖਿਆਲ KFG ਜਾਂ ਕੋਈ KGF ਕੋਈ ਉਹਦਾ ਨਾਂ ਸੀਗਾ, ਪੁਸ਼ਪਾ ਵਰਗੀਆਂ ਫਿਲਮਾਂ ਦੀ ਗੱਲ ਕਰਦੇ ਹਾਂ, RRR ਦੀ ਗੱਲ ਕਰਦੇ ਹਾਂ, ਉਹ ਫਿਲਮਾਂ ਜੇਕਰ ਡੱਬ ਹੋਣ ਦੇ ਬਾਵਜੂਦ ਪੰਜਾਬ ਦੇ ਵਿੱਚ ਰਿਕਾਰਡ ਤੋੜ ਕਾਮਯਾਬੀ ਹਾਸਲ ਕਰਦੀਆਂ, ਮਤਲਬ ਇਹ ਆ ਕੋਈ ਦਰਸ਼ਕ ਦਾ ਦਿਲ ਜਿੱਤਦੀਆਂ, ਤਾਂ ਫਿਰ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਦਰਸ਼ਕ ਦਾ ਦਿਲ ਕਿਉਂ ਨਹੀਂ ਜਿੱਤਦੀ? ਕਿਉਂਕਿ ਇਹ 28 ਰਨਾਂ ਦੇ ਵਿੱਚ ਫਿਲਮ ਤਿਆਰ ਕਰਕੇ ਅਤੇ ਉਸ ਤੋਂ 10 ਦਿਨਾਂ ਬਾਅਦ ਰਿਲੀਜ਼ ਕਰਨ ਲੱਗ ਪੈਂਦੇ, ਉਹਨੂੰ ਦੇਖਣਾ ਕਿਹਨੇ ਆ? ਇਹਨਾਂ ਨੂੰ ਤਾਂ ਇਹ ਵੀ ਜਿਵੇਂ ਅੱਗ ਬੁਝਾਉਣ ਵਾਲੇ ਹੁੰਦੇ ਉਵੇਂ ਆ। ਜਦਕਿ ਚੰਗੀ ਫਿਲਮ ਦੀ ਕਹਾਣੀ ਤਿਆਰ ਕਰਨੀ, ਉਹਦਾ ਨਿਰਦੇਸ਼ਨ ਕਰਨਾ, ਉਹਦੀ ਡੱਬਿੰਗ ਕਰਨੀ, ਉਹਦਾ ਚੰਗਾ ਮਿਊਜ਼ਿਕ ਹੋਣਾ, ਉਹਦੀ ਕਹਾਣੀ ਜ਼ਬਰਦਸਤ ਹੋਣੀ, ਉਹਦਾ ਪ੍ਰਚਾਰ ਜ਼ਬਰਦਸਤ ਹੋਣਾ, ਇਹ ਕਈ ਮਹੀਨੇ ਦਾ ਪ੍ਰੋਸੈਸ ਆ। ਸੋ ਤੁਸੀਂ ਦੇਖ ਲਓ ਪੰਜਾਬੀ ਫਿਲਮਾਂ ਜਿਹੜੀਆਂ ਹੁਣ ਤੱਕ ਰਿਲੀਜ਼ ਹੋਈਆਂ ਪਿਛਲੇ ਕੁਛ ਮਹੀਨਿਆਂ ਦੇ ਵਿੱਚ, ਉਹਨਾਂ ਦੇ ਵਿੱਚੋਂ ਬਹੁਤੀਆਂ ਨੇ ਆਪਦੇ ਪ੍ਰੈਸ ਕਾਨਫਰੰਸਾਂ ਦੇ ਖਰਚੇ ਨਹੀਂ ਪੂਰੇ ਕੀਤੇ। ਉਹਦਾ ਕਾਰਨ ਇਹੀ ਹੈ ਵੀ ਪੰਜਾਬੀ ਸਿਨੇਮੇ ਦੇ ਵਿੱਚ ਬੇਲੋੜੀ ਕਾਹਲ ਆ। ਅਸੀਂ ਸੋਚਦੇ ਵੀ ਦਰਸ਼ਕ ਦਾ ਸਾਡੇ ਬਿਨਾਂ ਕੋਈ ਗੱਡਾ ਖੜਾ, ਕਿਸੇ ਦਾ ਕੁਝ ਨਹੀਂ ਖੜਾ। ਅੱਜ ਜੇ ਦਰਸ਼ਕ ਨੇ ਜਾਣਾ ਫਿਲਮ ਦੇਖਣ ਨਾ, ਤੇ ਚਾਰ ਜਣਿਆਂ ਨੇ ਜਾਣਾ, ਤੇ 2000 ਰੁਪਈਆ 2500 ਰੁਪਈਆ ਚਾਹੀਦਾ। ਬੰਦਾ 10 ਥਾਵਾਂ ਤੇ ਰਿਵਿਊ ਪੜ੍ਹ ਕੇ ਜਾਂਦਾ ਵੀ ਮੈਂ ਪੰਜਾਬੀ ਫਿਲਮ ਦੇਖਾਂ ਕਿ ਨਾ ਦੇਖਾਂ। ਸੋ ਪੰਜਾਬ ਦੇ ਫਿਲਮ ਸਦਾ ਨੂੰ ਕਾਹਲੀ ਤਿਆਗਣੀ ਪਊਗੀ, ਪ੍ਰੋਫੈਸ਼ਨਲਿਜ਼ਮ ਦੇ ਵੱਲ ਖਿਆਲ ਕਰਨਾ ਪਊਗਾ, ਹਰ ਚੀਜ਼ ਦੇ ਵਿੱਚ ਸਮਝੌਤਾ ਬੰਦ ਕਰਨਾ ਪਊਗਾ, ਤਾਂ ਪੰਜਾਬੀ ਫਿਲਮਾਂ ਚੱਲਣਗੀਆਂ, ਤੇ ਜੇਕਰ ਚੱਲਣਗੀਆਂ ਤਾਂ ਦਰਸ਼ਕ ਦਾ ਭਰੋਸਾ ਵੱਜੂਗਾ ਜਿਹੜਾ ਕਿ ਹੁਣ ਟੁੱਟ ਚੁੱਕਿਆ ਜੀ। ਜੀ ਬਿਲਕੁਲ, 100% ਤੁਹਾਡੀਆਂ ਗੱਲਾਂ ਸੱਚੀਆਂ ਨੇ ਜੀ ਕਿ ਲੋਕਾਂ ਦਾ ਭਰੋਸਾ ਜਿੱਤਣਾ ਪਊਗਾ ਤੇ ਜਿੱਤਣਾ ਬਹੁਤ ਜ਼ਿਆਦਾ ਔਖਾ ਹੈ, ਔਰ ਸ਼ਾਇਦ ਇਸ ਲਈ ਸਾਰੇ ਹਾਲਾਤ ਬਣੇ ਹੋਏ ਨੇ। ਖੈਰ ਅੱਗੇ ਵੱਧਦਿਆਂ ਜੀ ਇੱਕ ਵਾਰ ਫਿਰ ਤੋਂ ਦੀਵਾਲੀ ਦੀ ਗੱਲ ਕਰ ਲਈਏ। ਲੋਕਾਂ ਦੇ ਵਿੱਚ ਇਸ ਵਾਰ ਜਿਹੜਾ ਪਟਾਕੇ ਚਲਾਉਣ ਦਾ ਰੁਝਾਨ ਹੈ ਉਹ ਘਟਿਆ ਕਿ ਵਧਿਆ? ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਕਿ ਹਫ਼ਤਾ ਹਫ਼ਤਾ ਪਹਿਲਾਂ ਹੀ ਪਟਾਕੇ ਵੱਜਣੇ ਸ਼ੁਰੂ ਹੋ ਜਾਂਦੇ ਸੀ, ਹੁਣ ਇਸ ਵੇਲੇ ਅੱਜ ਦੇ ਦਿਨ ਦਾ ਕੀ ਮਾਹੌਲ ਹੈ? ਦੇਖੋ ਜੀ, ਇੱਕ ਤਾਂ ਗੱਲ ਇਹ ਹੈ ਵੀ ਪੈਸੇ ਨਾ ਹੋਣ ਦੇ ਕਰਕੇ ਲੋਕਾਂ ਦੇ ਆਪਦੇ ਪਟਾਕੇ ਚੱਲੇ ਪਏ ਆ, ਆਰਥਿਕ ਤੌਰ ਤੇ ਪਟਾਕੇ ਚੱਲੇ ਪਏ ਲੋਕਾਂ ਦੇ। ਮੈਨੂੰ ਲੱਗਦਾ ਵੀ ਇਸੇ ਕਰਕੇ ਲੋਕ ਆ ਜਿਹੜੇ ਉਹ ਐਤਕੀ ਪਟਾਕੇ ਦੀਵਾਲੀ ਤੋਂ ਪਹਿਲਾਂ ਉਹਨੇ ਨਹੀਂ ਚੱਲੇ। ਵੈਸੇ ਅੱਜ ਪਤਾ ਲੱਗ ਜੂਗਾ ਰਾਤ ਦੇ ਵੇਲੇ, ਕਿਉਂਕਿ ਅੱਜ ਆਪਾਂ ਜਦੋਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਸਵੇਰ ਦੇ 10:30 ਹੋਏ ਆ, ਤੇ ਰਾਤ ਦੇ ਵੇਲੇ ਪਤਾ ਲੱਗ ਜਾਣਾ, ਤੇ ਕੱਲ ਦੀਆਂ ਖਬਰਾਂ ਦੇ ਵਿੱਚ ਆਪਾਂ ਜਾਣਕਾਰੀ ਸਾਂਝੀ ਕਰਾਂਗੇ। ਪਟਾਕੇ ਚੱਲਣਗੇ ਜ਼ਰੂਰ, ਕਿਉਂਕਿ ਨਿਆਣ ਉਮਰੇ ਪਟਾਕਿਆਂ ਵਰਗੀ ਰੀਸ ਕੋਈ ਨਹੀਂ ਲੱਗਦੀ, ਪਟਾਕਿਆਂ ਵਰਗੀ ਗੱਲ ਕੋਈ ਨਹੀਂ ਲੱਗਦੀ। ਜਦੋਂ ਆਪਾਂ ਸਿਆਣੇ ਹੁੰਦੇ ਜਾਂਦੇ ਉਦੋਂ ਪਤਾ ਲੱਗਦਾ ਵੀ ਇਹ ਫਜ਼ੂਲ ਕਿਸਮ ਦੀਆਂ ਗੱਲਾਂ, ਪਰ ਨਿਆਣ ਮੱਤਿਆਂ ਨੂੰ ਤਾਂ ਇਹੀ ਲੱਗਦਾ ਵੀ ਪਟਾਕਿਆਂ ਦੀ ਸੰਸਾਰ ਦੀਵਾਲੀ ਹੈ। ਸੋ ਪਟਾਕੇ ਵੈਸੇ ਘੱਟ ਚੱਲੇ ਆ, ਆਹ ਦੇਖੋ ਕੱਲ੍ਹ ਤੱਕ ਦੀ ਜਿਹੜੀ ਜਾਣਕਾਰੀ ਆ ਬਹੁਤ ਹੀ ਘੱਟ ਪਟਾਕੇ ਚੱਲੇ ਆ,
बेहद घट पटाके चले, लोग जागरूक हो रहे हैं ते पटाके चलाने भी कहतों वा। देखो कि अगे समाज दे विच पंजाब दे विच धरती दे उत्ते प्रदूषण घट आ भी जिहड़ा असीं योगदान पाईए, हर बंदा योगदान पा रहा प्रदूषण वधाउण दे विच, ते पटाके ना चलाउण दे विच कुदरत दी सेवा, पटाके चलाउण दे विच तां कोई सेवा है नहीं जी। जी बिल्कुल सही कहा। सो खैर अज दे लई सर इन्ना ही, फिर विचारां दी सांझ पावांगे जी। बहुत बहुत शुक्रिया। मेहरबानी जी, मेहरबानी जी, मेहरबानी जी।